ਤੋਂ ਸੁਨੀਲ ਕਾਕਰ ਦਾ ਘਰ ਹੈ ਜਿੱਥੋਂ ਪੂਰੇ ਦਿੱਲੀ ਪਰਿਵਾਰ ਇਲੈਕਸ਼ਨ ਲੜਦਾ ਰਿਹਾ ਉੱਥੋਂ ਮੈਂ ਪਾਰਲੀਮੈਂਟ ਇਲੈਕਸ਼ਨ ਲੜ ਰਿਹਾ ਉਹੀ ਹਲਕੇ ਵੋਟ ਤੋਂ ਕਾਂਗਰਸ ਦੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਊਗੀ ਇੰਨਾ ਵਿਰੋਧ ਸੁਨੀਲ ਰੱਖਦਾ ਉੱਥੇ ਉਹਦਾ ਡਰ ਕੇ ਫਿਰੋਜ਼ਪੁਰ ਤੋਂ ਭੱਜ ਗਿਆ ਸੀ ਉਹ ਸੋਚਦਾ ਸੀ ਗੁਰਦਾਸਪੁਰ ਜਾ ਕੇ ਮੈਂ ਜਿੱਤੂਗਾ ਪਰ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨੇ ਤੇ ਬੱਬਰ ਸ਼ੇਰ ਸੁੱਟ ਦਿੱਤਾ ਸਨੀ ਦਿਓਲ ਜੀ ਆਪਣਾ ਉਹ ਨਲਕਾ ਲੈ ਕੇ ਆਇਓ ਮੈਂ ਪਰਸੋਂ ਉਹਦੀ ਟੀਵੀ ਦੇ ਇੰਟਰਵਿਊ ਸੁਣ ਲਿਆ ਸੀ ਮੀਮੀ ਬਾਈ ਬੈਠਾ ਸੀ ਮੈਂ ਕਿਹਾ ਮੈਂ ਉੱਥੇ ਕੱਲ ਹੀ ਹੋਰੋਂ ਆਇਆ ਮੈਨੂੰ ਪੁੱਛਦੇ ਜੀ ਡਾਕਟਰ ਦਾ ਕੀ ਹੋਊ ਮੈਂ ਕਿਹਾ ਸਨੀ ਦਿਓਲ ਦੇ ਭੜਕਾ ਕੇ ਮਾਰਿਆ ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ GIC ਦੀ ਫੀਸ ਨਹੀਂ ਵੱਧ ਰਹੀ ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563